ਸੁਖਬੀਰ ਸਿੰਘ ਬਾਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਜਾਂ ਲੱਗ ਸਕਦਾ ਆ, ਇਹਦੇ ਬਾਰੇ ਚਰਚਾਵਾਂ ਚੱਲ ਗਈਆਂ ਕਿ ਆਖਿਰਕਾਰ ਹੋਣ ਕੀ ਜਾ ਰਿਹਾ। ਇੱਕ ਪਾਸੇ ਬਾਗੀ ਧੜਾ ਔਰ ਬਾਗੀ ਧੜੇ ਦੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਉਲੀਕ ਦਿੱਤਾ ਗਿਆ ਜਿਹਦੇ ਵਿੱਚ ਆਪਣੀ ਮਜ਼ਬੂਤੀ, ਆਪਣੇ ਲੀਡਰ ਹੋਰ ਵਧਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਬਾਗੀ ਧੜਾ ਕਰਦਾ ਪ੍ਰਤੀਤ ਹੋ ਰਿਹਾ, ਨਜ਼ਰ ਆ ਰਿਹਾ। ਹਾਲ ਹੀ ਦੇ ਵਿੱਚ ਸੂਤਰਾਂ ਮੁਤਾਬਕ ਕੁਝ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੁਆਬੇ ਖੇਤਰ ਤੋਂ ਇੱਕ ਵੱਡਾ ਚਿਹਰਾ ਸੁਖਬੀਰ ਸਿੰਘ ਬਾਦਲ ਨੂੰ ਛੱਡ ਸਕਦਾ ਆ। ਇੱਕ ਇਹੋ ਜਿਹਾ ਚਿਹਰਾ ਜਿਸ ਚਿਹਰੇ ਦੀ ਬਦੌਲਤ ਸੁਖਬੀਰ ਸਿੰਘ ਬਾਦਲ ਨੇ ਇੱਕ ਸਮੇਂ ਦੇ ਉੱਤੇ ਦੁਆਬੇ ਦੀ ਦਲਿਤ ਕਰਾਊਡ ਨੂੰ ਆਪਣੇ ਵੱਲ ਕੀਤਾ ਸੀ, ਉਸ ਆਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਬਾਗੀ ਧੜਾ ਉਸ ਲੀਡਰ ਨੂੰ ਆਪਣੇ ਵੱਲ ਕਰਨ ਦੀ ਤਿਆਰੀ ਦੇ ਵਿੱਚ ਹੈ, ਯਾਨੀ ਕਿ ਸੁਭਾਵਿਕ ਤੌਰ ਦੇ ਉੱਤੇ ਅਕਾਲੀ ਦਲ ਦਾ ਇੱਕ ਵੱਡਾ ਚਿਹਰਾ ਬਾਗੀਆਂ ਦੇ ਨਾਲ ਰਲਣ ਜਾ ਰਿਹਾ। ਆਖਿਰਕਾਰ ਉਹ ਕਿਹੜਾ ਚਿਹਰਾ ਹੈ, ਕਿਹੜੇ ਚਿਹਰੇ ਬਾਰੇ ਚਰਚਾਵਾਂ ਚੱਲਦੀਆਂ ਪਈਆਂ ਨੇ, ਔਰ ਸੁਖਬੀਰ ਸਿੰਘ ਬਾਦਲ ਕੀ ਇਹੋ ਜਿਹੀਆਂ ਸਮੱਸਿਆਵਾਂ ਤੋਂ ਜੂਝ ਸਕਣਗੇ, ਕੀ ਇਹੋ ਜਿਹੀਆਂ ਸਿਚੁਏਸ਼ਨਸ 'ਚੋਂ ਨਿਕਲ ਸਕਣਗੇ, ਔਰ ਪ੍ਰਧਾਨਗੀ ਦੀ ਕੁਰਸੀ ਕਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਦੇ ਪਾਲੇ ਦੇ ਵਿੱਚ ਰਹੂਗੀ, ਇਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਦਰਅਸਲ ਚਰਚਾ ਚੱਲਦੀ ਪਈ ਹੈ ਕਿ ਬਾਗੀ ਧੜਾ ਇੱਕ ਸਾਬਕਾ ਵਿਧਾਇਕ ਨਾਲ ਗੱਲਬਾਤ ਕਰਦਾ ਪਿਆ, ਇੱਕ ਸਾਬਕਾ ਅਕਾਲੀ ਵਿਧਾਇਕ ਨਾਲ ਗੱਲਬਾਤ ਕਰਦਾ ਪਿਆ ਜੋ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਬਾਗੀ ਧੜੇ ਦਾ ਸਾਥ ਮਾਣ ਸਕਦੇ ਨੇ, ਬਾਗੀ ਧੜੇ ਦੇ ਵਿੱਚ ਇਜ਼ਾਫਾ ਕਰ ਸਕਦੇ ਨੇ। ਅਜੇ ਤਾਂ ਪ੍ਰੈਸੀਡੀਅਮ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਪਈਆਂ ਨੇ, ਕਮੇਟੀ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਪਈਆਂ ਨੇ, ਪਰ ਇਹਦੇ ਵਿੱਚ ਇੱਕ ਹੋਰ ਚਿਹਰਾ ਸ਼ੁਮਾਰ ਹੋ ਸਕਦਾ ਔਰ ਉਹਦੇ ਨਾਲ ਇਹ ਗਿਣਤੀ ਹੋਰ ਵੱਧ ਸਕਦੀ ਹੈ। ਦੱਸ ਦਈਏ ਕਿ ਸੂਤਰਾਂ ਮੁਤਾਬਕ ਗੁਰਪ੍ਰਤਾਪ ਵਡਾਲਾ ਜਿਹੜੇ ਨੇ ਉਹ ਲਗਾਤਾਰ ਬਲਦੇਵ ਸਿੰਘ ਖਹਿਰਾ ਨਾਂ ਦੇ ਇਸ ਅਕਾਲੀ ਲੀਡਰ ਦੇ ਨਾਲ ਬਰਕਰਾਰ ਨੇ। ਦੱਸ ਦਈਏ ਕਿ ਫਲੌਰ ਤੋਂ ਤਾਲੁਕ ਰੱਖਦੇ ਨੇ ਔਰ ਸਾਬਕਾ MLA ਅਕਾਲੀ ਦਲ ਦੇ ਰਹਿ ਚੁੱਕੇ ਨੇ। ਦੁਆਬੇ ਖੇਤਰ ਦੇ ਵਿੱਚ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਵੱਡਾ ਰੋਲ ਅਦਾ ਕਰਦੇ ਨੇ ਔਰ ਨਾਲ ਦੀ ਨਾਲ ਇਸ ਮਾਮਲੇ ਨੂੰ ਲੈ ਕੇ ਬਾਗੀ ਧੜਾ ਜਿਹੜਾ ਹੈ ਉਹ ਬਰਕਰਾਰ ਹੈ, ਉਹਨਾਂ ਨੂੰ ਆਪਣੇ ਵੱਲ ਲਿਆਉਣ ਵਾਸਤੇ ਸੂਤਰਾਂ ਮੁਤਾਬਕ ਇਹ ਖਬਰ ਸਾਹਮਣੇ ਆ ਰਹੀ ਹੈ। ਚਰਚਾਵਾਂ ਚੱਲਦੀਆਂ ਪਈਆਂ ਕਿਉਂਕਿ ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਉਹਨਾਂ ਦੀ ਪ੍ਰਧਾਨਗੀ ਜਿਹੜੀ ਆ ਉਹ ਬਰਕਰਾਰ ਰਹਿ ਸਕੇ, ਕਿਸੇ ਤਰ੍ਹਾਂ ਜਿਹੜਾ ਬਾਗੀ ਧੜਾ ਹੈ ਉਹ ਆਪਣੀ ਬਗਾਵਤ ਛੱਡ ਦੇਵੇ ਜਾਂ ਫਿਰ ਉਹ ਬਾਗੀ ਧੜਾ ਜਿਹੜਾ ਹੈ ਉਸਨੂੰ ਮੂੰਹ ਦੀ ਖਾਣੀ ਪਵੇ। ਪਰ ਇਸ ਦੇ ਬਾਵਜੂਦ ਬਾਗੀ ਧੜੇ ਨੇ ਇੱਕ ਹੋਰ ਚਾਲ ਚੱਲੀ ਹੈ, ਇੱਕ ਹੋਰ ਪੈਂਤੜਾ ਖੇਲਿਆ ਜਿਸ ਤੋਂ ਬਾਅਦ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਅੰਤ ਦੇ ਵਿੱਚ ਮੂੰਹ ਦੀ ਖਾਣੀ ਪੈ ਜਾਵੇ। ਅਜੇ ਜਿਹੜਾ ਮਾਮਲਾ ਹੈ ਮੁਆਫੀ ਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਹੈ, ਅਜੇ ਉਹ ਸੁਣਵਾਈ ਅਧੀਨ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਉਸ 'ਤੇ ਸੁਣਵਾਈ ਵੀ ਹੋਵੇ, ਪਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਬਾਗੀ ਧੜਾ ਹੋਰ ਮਜ਼ਬੂਤ ਹੋ ਸਕਦਾ ਆ, ਫਲੌਰ ਤੋਂ ਸਾਬਕਾ ਅਕਾਲੀ MLA ਬਲਦੇਵ ਸਿੰਘ ਖਹਿਰਾ ਉਹ ਬਾਗੀ ਧੜੇ ਦਾ ਪੱਲਾ ਫੜ ਸਕਦੇ ਨੇ, ਇਹਦੇ ਬਾਰੇ ਚਰਚਾਵਾਂ ਚੱਲਦੀਆਂ ਪਈਆਂ। ਆਲਰੇਡੀ ਇਹ ਸੋਚਿਆ ਜਾ ਰਿਹਾ ਸੀ ਸੂਤਰਾਂ ਮੁਤਾਬਕ ਕਿ ਦੁਆਬੇ ਖੇਤਰ 'ਚੋਂ ਕੋਈ ਇਹੋ ਜਿਹਾ ਵੱਡਾ ਲੀਡਰ ਚਾਹੀਦਾ ਜਿਹੜਾ ਦਲਿਤ ਭਾਈਚਾਰੇ ਦੇ ਨਾਲ ਵੀ ਸੰਬੰਧਿਤ ਹੋਵੇ ਔਰ ਉਹ ਇਸ ਬਾਗੀ ਧੜੇ ਨੂੰ ਹੋਰ ਮਜ਼ਬੂਤ ਕਰੇ, ਜਿਸ ਵਾਸਤੇ ਸ਼ਾਇਦ ਹੁਣ ਕੋਸ਼ਿਸ਼ਾਂ ਉਲੀਕੀਆਂ ਜਾ ਰਹੀਆਂ ਨੇ, ਅਤੇ ਇਹਨਾਂ ਦੇ ਬਦੌਲਤ ਹੋ ਸਕਦਾ ਹੈ ਕਿ ਬਲਦੇਵ ਸਿੰਘ ਖਹਿਰਾ ਜਿਹੜੇ ਨੇ ਉਹ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਬਾਗੀ ਧੜੇ ਦਾ ਜਿਹੜਾ ਪੱਲਾ ਉਹ ਫੜ ਲੈਣ, ਸੁਖਬੀਰ ਸਿੰਘ ਬਾਦਲ ਨੂੰ ਛੱਡ ਸਕਦੇ ਨੇ। ਹੁਣ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਦੇ ਉੱਤੇ ਕੀ ਕਰਨਗੇ ਜੇ ਇਸ ਤਰ੍ਹਾਂ ਹੁੰਦਾ, ਕਿਉਂਕਿ ਦੁਬਾਰਾ ਦੱਸਦੇ ਹਾਂ ਕਿ ਇਸ ਦੇ ਵਿੱਚ ਕੋਈ ਪ੍ਰਮਾਣਿਕਤਾ ਨਹੀਂ ਅਜੇ ਦੱਸੀ ਜਾ ਸਕਦੀ ਹੈ, ਕਿਉਂਕਿ ਜੇ ਸਿੱਧਾ ਹੀ ਕਹਿ ਦਿੱਤਾ ਜਾਵੇ ਕਿ ਉਹ ਬਾਗੀ ਧੜੇ ਜੁਆਇਨ ਕਰਦੇ ਪਏ ਨੇ ਤਾਂ ਉਸ ਤੋਂ ਬਾਅਦ ਇੱਕ ਵੱਡਾ ਵਿਵਾਦ ਖੜਾ ਹੋ ਜਾਵੇਗਾ। ਇਸ ਵਾਸਤੇ ਅਜੇ ਇੰਤਜ਼ਾਰ ਕਰਨ ਦੀ ਲੋੜ ਹੈ। ਅਜੇ ਸੂਤਰਾਂ ਮੁਤਾਬਕ ਹੀ ਖਬਰ ਸਾਹਮਣੇ ਆਈ ਹੈ, ਅਜੇ ਦੱਸਿਆ ਜਾ ਰਿਹਾ ਕਿ ਸੂਤਰਾਂ ਮੁਤਾਬਕ ਇਹ ਚਰਚਾਵਾਂ ਚੱਲਦੀਆਂ ਪਈਆਂ ਨੇ, ਆਪਸੀ ਗੱਲਬਾਤ ਚੱਲਦੀ ਪਈ ਹੈ ਸੂਤਰਾਂ ਮੁਤਾਬਕ, ਔਰ ਹੋ ਸਕਦਾ ਕਿ ਆਉਂਦੇ ਸਮੇਂ ਦੇ ਵਿੱਚ ਬਲਦੇਵ ਸਿੰਘ ਖਹਿਰਾ
ਬਾਗੀ ਧੜਾ ਜੁਆਇਨ ਕਰ ਲੈਣ। ਇਹਦੇ ਬਾਰੇ ਚਰਚਾਵਾਂ ਚੱਲਦੀਆਂ ਪਈਆਂ ਨੇ। ਹੁਣ ਇਹ ਚਰਚਾਵਾਂ ਕਿੰਨੀਆਂ ਕੁ ਸਹੀ ਨੇ, ਕਿੰਨੀਆਂ ਕੁ ਗਲਤ ਨੇ, ਇਹਨੂੰ ਆਉਂਦਾ ਸਮਾਂ ਪ੍ਰੂਵ ਕਰ ਹੀ ਦੇਵੇਗਾ। ਜੋ ਵੀ ਹੋਏਗਾ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।